ਸਿਵਲ ਸਰਜਨ ਪਟਿਆਲਾ ਸਮੂਹ ਪਟਿਆਲਾ ਵਾਸੀਆਂ ਨੂੰ, ਪ੍ਰਾਂਤ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ 73ਵੇਂ ਸੁਤੰਤਰਤਾ ਦਿਵਸ ਦੀ ਦਿਲ ਦੀ ਗਹਿਰਾਈਆਂ ਤੋਂ ਵਧਾਈ ਦਿੰਦਾ। ਆਸ ਕਰਦਾ ਵੀ ਆਉਣ ਵਾਲਾ ਸਾਲ ਸਾਡੇ ਦੇਸ਼ ਵਾਸਤੇ ਬਹੁਤ ਪ੍ਰਗਤੀਸ਼ੀਲ, ਸ਼ਾਂਤਮਈ ਅਤੇ ਤਰੱਕੀ ਵਾਲਾ ਹੋਏਗਾ, ਸੁਹਾਦਰਪੂਰਨ ਵਾਤਾਵਰਨ ਬਣਿਆ ਰਹੇਗਾ ਅਤੇ ਦੇਸ਼ ਸਾਰੇ ਖੇਤਰਾਂ 'ਚ ਮੱਲਾਂ ਮਾਰੇਗਾ। ਬਹੁਤ ਬਹੁਤ ਵਧਾਈ। ਆਸ ਕਰਦਾ ਹੈ ਕਿ ਸਮੂਹ ਵਾਸੀ ਤੰਦਰੁਸਤ ਪੰਜਾਬ ਮਿਸ਼ਨ, ਜਿਹੜਾ ਕਿ ਮਾਨਯੋਗ CM ਸਾਹਿਬ ਦਾ ਬਹੁਤ ਹੀ ਦਿਨ ਤੋਂ ਚੱਲਿਆ ਹੋਇਆ ਇੱਕ ਮਿਸ਼ਨ ਹੈ, ਉਸ 'ਚ ਆਪਣਾ ਹਿੱਸਾ ਪਾਉਣ, ਸਵੱਛ ਰੱਖਣ ਆਪਣਾ ਆਲਾ ਦੁਆਲਾ, ਤਾਂ ਕਿ ਆਪਾਂ ਡੇਂਗੂ ਵਰਗੀਆਂ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਨਿਜਾਤ ਪਾਈਏ। ਆਪਾਂ ਪ੍ਰਣ ਕਰੀਏ ਅੱਜ ਸਾਰੇ ਕਿ ਇੱਕ ਹਰਾ ਬੂਟਾ ਲਾਈਏ, ਤਾਂ ਕਿ ਆਪਾਂ ਆਪਣੇ ਸਿਹਤ ਵਾਸਤੇ ਅਤੇ ਸਰੀਰ ਵਾਸਤੇ ਇਹ ਲਾਹੇਵੰਦ ਸਾਬਤ ਹੋਵੇ ਅਤੇ ਸਾਰੇ ਪ੍ਰਾਂਤ ਵਾਸਤੇ ਤੰਦਰੁਸਤ ਰਹਿਣ।